ਉਹਦੇ 'ਚ ਮੇਰਾ ਕਨੈਕਸ਼ਨ ਵੀ ਸੀਗਾ। ਜਦੋਂ ਮੈਂ ਉਹਦੇ ਬਾਅਦ ਡਿਮਾਂਡ ਕੀਤੀ ਕਨੈਕਸ਼ਨ ਦੇ ਮੁਆਵਜ਼ੇ ਦੀ, ਤਾਂ ਕਹਿੰਦੇ ਇਹ ਕਨੈਕਸ਼ਨ ਤੇਰਾ ਬਾਹਰ ਜਾਂਦਾ। ਇਸ ਟਾਈਮ ਉਸਨੂੰ ਵਿੱਚ ਕਵਰ ਕਰ ਦਿੱਤਾ, ਮੈਨੂੰ ਕੋਈ ਕਨੈਕਸ਼ਨ ਦਾ ਵੀ ਕੁਛ ਨਹੀਂ ਦਿੱਤਾ, ਅਤੇ ਮੇਰੀ ਜ਼ਮੀਨ ਹੋਰ ਵੀ ਨਾਲ ਰੋਕੀ ਜਾਂਦੀ। ਟਿਊਬਵੈਲ ਕਨੈਕਸ਼ਨ ਲੱਗਿਆ ਹੋਇਆ ਸੀ, ਅਜੇ ਮੌਜੂਦਾ, ਅਜੇ ਪਟਾ ਕੇ ਵੇਖਣਾ ਅਤੇ ਥੱਲੇ ਉਵੇਂ ਫਿਲਟਰ ਪਾਈਪਾਂ ਸਾਰਾ ਕੁਛ ਨਿਕਲੂਗਾ। ਟਿਊਬਵੈਲ ਦਾ ਮਿਲਿਆ ਨਹੀਂ ਮੁਆਵਜ਼ਾ? ਕੋਈ ਮੁਆਵਜ਼ਾ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਕੀ ਕਾਰਨ ਕੀ ਰਿਹਾ ਉਹਦਾ? ਮਿਲਦਾ ਕੋਠੇ ਦਾ, ਟਿਊਬਵੈਲ ਦਾ ਜਾਂ ਮੁਆਵਜ਼ਾ ਹੁੰਦਾ ਜਦੋਂ ਆਏ ਸੀ ਪਟਵਾਰੀ ਸਾਹਿਬ, ਤਹਿਸੀਲਦਾਰ ਸਾਹਿਬ, ਉਦੋਂ ਵੇਖ ਕੇ ਗਏ, ਉਦੋਂ ਅਜੇ ਮਿੱਟੀ ਨਹੀਂ ਪਾਈ ਸੀ, ਕੁਛ ਨਹੀਂ ਸੀ। ਉਦੋਂ ਕਹਿੰਦੇ ਜੀ ਇਹ ਤਾਂ ਰੋਡ ਤੋਂ ਬਾਹਰ ਜਾਂਦਾ ਕਨੈਕਸ਼ਨ, ਟਿਊਬਵੈਲ ਵੀ ਬਾਹਰ ਜਾਂਦਾ। ਹੁਣ ਉਹਨੂੰ ਵਿੱਚ ਕਵਰ ਕੀਤਾ ਹੋਇਆ ਸਰ, ਵਿੱਚ ਕਵਰ ਕਰ ਲਿਆ ਅਤੇ ਦਿੱਤਾ ਲਿਆ ਕੁਛ ਵੀ ਹੈ, ਅਤੇ ਦੋ ਕਨਾਲਾਂ ਤਿੰਨ ਆ, ਅਤੇ ਉਹਨੂੰ ਹੁਣ ਰਸਤਾ ਵੀ ਹੈ ਨਹੀਂ ਗਾ। ਮੇਰੀਆਂ ਜਿਹੜੀਆਂ ਦੂਜੀਆਂ ਦੋ ਤਿੰਨ ਕਨਾਲਾਂ ਉਹ ਵੀ ਬਰਬਾਦ ਹੋਈ ਜਾਂਦੀਆਂ, ਅਤੇ ਦੋ ਕਨਾਲਾਂ ਵੈਸੇ ਨਾਲ ਫਾਲਤੂ ਰੋਕੀ ਜਾਂਦੇ ਆ। ਜਿਵੇਂ ਹੁਣ ਆ ਕੰਧ ਗੱਡੀ ਹੈ, ਤਾਂ ਫਿਰ ਤੁਹਾਨੂੰ ਖੇਤ 'ਚ ਵੜਨਾ ਵੀ ਔਖਾ ਹੋ ਜਾਊਗਾ ਜਾਣਾ? ਬਹੁਤ ਔਖਾ ਹੀ, ਅਸੀਂ ਇਸੇ ਕਰਕੇ ਤਾਂ ਇਹਨਾਂ ਨੂੰ ਕਈ ਵਾਰੀ ਕਹਿ ਵੀ ਚੁੱਕਿਆ, ਮਿਲ ਵੀ ਚੁੱਕਿਆ, ਨਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਕੀ ਕਹਿੰਦੇ, ਕੀ ਹੈ ਕੋਈ ਗੱਲਬਾਤ? ਕੋਈ ਗੱਲ ਨਹੀਂ, ਬਸ ਦੇਖੇਂਗੇ ਕਰੇਂਗੇ, ਦੇਖੇਂਗੇ ਕਰੇ। ਐਸਾ ਹੀ 15 ਦਿਨ ਹੋ ਗਏ ਸਾਨੂੰ ਲਗਾਤਾਰ ਚੱਕਰ ਲਾਉਂਦਿਆਂ, ਕੋਈ ਨਹੀਂ ਸੁਣਵਾਈ ਕਰ, ਕਿਸੇ ਨੂੰ ਕੋਈ ਮਿਲੇ, ਕੋਈ ਕੁਛ ਨਹੀਂ, ਕਿਸੇ ਨੇ ਨਹੀਂ ਸੁਣਵਾਈ ਕੀਤੀ। ਮੇਰਾ ਨਾਮ ਕੁਲਵੰਤ ਸਿੰਘ ਹੈ ਜੀ, ਸਾਡਾ ਭਗਵਾਨਪੁਰੇ ਵਿੱਚ ਰਕਬਾ ਜੀ। ਸਾਡੇ ਕੰਧਾਂ ਕੱਢ ਰਹੇ ਹੈ ਬਰਸਾਤ ਕਰਕੇ, ਕੰਧਾਂ ਪਹਿਲਾਂ ਮਗਰੋਂ ਕੱਢੀਆਂ, ਪਹਿਲਾਂ ਡਿੱਗ ਪਈਆਂ ਜੀ। ਸਾਡਾ ਨੁਕਸਾਨ ਇਹਦਾ ਝੋਨੇ ਦਾ ਬਹੁਤ ਜ਼ਿਆਦਾ ਹੋ ਗਿਆ ਜੀ, ਅਤੇ ਪਾਣੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ। ਦੂਜਾ ਪਾਣੀ ਔਰ ਇਹ ਪੁਲ ਤੋਂ ਜਿਹੜਾ ਆਉਂਦਾ ਉਹ ਵੀ ਜਾਂਦਾ ਜੀ, ਪੁਲ ਥੱਲੇ ਜਾਂਦਾ ਉਸ 'ਚ ਫਸਲ 'ਚ ਜੀ। ਤੁਹਾਡੀ ਕਿੰਨੀ ਜ਼ਮੀਨ ਲੱਗਦੀ ਨਾਲ? ਸਾਡੀ 4-5 ਕਿੱਲੇ ਥਾਂ ਲੱਗਦਾ ਜੀ। ਅੱਛਾ, ਹੋਰ ਵੀ ਬਹੁਤ ਕਿਸਾਨ ਆ ਜੀ, ਸਾਰੇ ਹੀ ਹੈਗੇ ਇੱਥੇ ਇਕੱਠੇ ਹੋਏ ਆ, ਅਤੇ ਅਸੀਂ ਇਹ ਕੰਧ ਦਾ ਕੰਮ ਬੰਦ ਕਰਾਇਆ, ਇੱਥੇ ਕੋਈ ਨਹੀਂ ਆਇਆ ਜੀ। ਨਹੀਂ, ਕੰਧਾਂ ਡਿੱਗਣ ਕਰਕੇ ਹੈ ਕਿ ਜਗ੍ਹਾ ਇਹਨਾਂ ਨੇ ਅੱਗੇ ਵਧਾ ਕੇ ਵੀ? ਕੰਧਾਂ ਵੀ ਅੱਗੇ ਵੀ ਕੰਧਾਂ ਵੀ ਕੱਢੀਆਂ ਜੀ ਅੱਗੇ ਸਾਡੇ ਤੋਂ। ਸਾਨੂੰ ਬਸ ਐਵੇਂ ਫੀਤੇ ਨਾਲ ਮਿਹਨਤੀ ਕਰਾ ਕੇ, ਮਿਹਨਤੀ ਪੂਰੀ ਕਰਾਈ ਨਹੀਂ ਮਸ਼ੀਨ ਨਾਲ ਜੀ। ਕੱਲ੍ਹ ਮਿਹਨਤੀ ਕਰਾਈ ਆ ਇੱਥੇ, ਉਹਦਾ ਮਸ਼ੀਨ ਨਾਲ ਜੋ ਕਰਾਈ ਸੀਗੀ ਉਹਦਾ ਸਹੀ ਆਇਆ ਉਹ ਕੰਧ, ਉਹ ਦੂਗਾਂ 3 ਫੁੱਟ ਜੀ। 3 ਫੁੱਟ? ਹਾਂਜੀ। ਹੁਣ ਕੀ ਕਹਿ ਰਿਹਾ ਇਹਨਾਂ ਦਾ ਕੋਈ ਜਿਹੜੇ ਆਇਆ? ਕੋਈ ਨਹੀਂ ਆਇਆ ਜੀ ਇੱਥੇ, ਸਾਨੂੰ ਕੋਈ ਨਹੀਂ ਆਇਆ। ਕੱਲ੍ਹ ਦੇ ਅਸੀਂ ਕੰਮ ਬੰਦ ਕਰਾਇਆ, ਕੱਲ੍ਹ ਦਾ ਕੋਈ ਨਹੀਂ ਆਇਆ ਜੀ। ਆਪਣਾ ਤੇ ਕੀ ਮਸਲਾ ਕੀ ਹੈ ਜੀ ਜਿਹੜਾ ਕੰਮ ਬੰਦ ਕੀਤਾ ਇਹਦਾ? ਬਾਈ ਬਾਬਾ, ਮੇਰਾ ਨਾਮ ਬਲਜੀਤ ਸਿੰਘ ਬੋਦੀ ਵਾਲਾ, ਬਲਾਕ ਪ੍ਰਧਾਨ ਸਿੱਧੂਪੁਰ ਜਥੇਬੰਦੀ ਆਪਣੇ ਮਲੋਟ ਤੋਂ। ਅਤੇ ਮਸਲਾ ਇਹ ਹੈ ਬਾਈ ਜੀ, ਇਹ ਜਦੋਂ ਦਾ ਇਹ ਬਾਈਪਾਸ ਬਣ ਲੱਗਿਆ ਉਦੋਂ ਤੋਂ ਹੀ ਜਿਹੜੇ ਛੋਟੇ ਮੋਟੇ ਕਿਸਾਨ ਜਿਨ੍ਹਾਂ ਦੀ ਪਹੁੰਚ ਨਹੀਂ, ਜਾਂ ਸਧਾਰਨ ਲੋਕ ਆ ਜਿਨ੍ਹਾਂ ਦੀ ਸਿਰਫ ਲੀਡਰਾਂ ਤੀਕਰ ਪਹੁੰਚ ਹੈ ਨਹੀਂ, ਉਹਨਾਂ ਦਾ ਇੱਥੇ ਇੱਕ ਤਰ੍ਹਾਂ ਦਾ ਲੁੱਟ ਘਸੋਟੀ ਹੋ ਰਹੀ ਹੈ। ਫਸਲਾਂ ਮਰ ਗਈਆਂ, ਕਣਕ ਵੇਲੇ ਵੀ ਬਹੁਤ ਨੁਕਸਾਨ ਹੋਇਆ, ਅਤੇ ਹੁਣ ਝੋਨਾ ਵੀ ਜਿੱਥੇ ਕੋਈ ਮੀਂਹ ਪੈਂਦਾ ਅੱਧਾ ਅੱਧਾ ਕਿੱਲਾ ਝੋਨਾ ਨੱਪਿਆ ਜਾਂਦਾ, ਕੋਈ ਸੁਣਵਾਈ ਨਹੀਂ ਹੋ ਰਹੀ। ਮਟੀਰੀਅਲ ਘਟ ਗਿਆ ਲੱਗੀ ਜਾਂਦਾ, ਜਦੋਂ ਬਰਸਾਤ ਆਉਂਦੀ ਹੈ ਕੰਧਾਂ ਡਿੱਗ ਪੈਂਦੀਆਂ, ਅਤੇ ਖੇਤਾਂ ਦੇ ਵਿੱਚ ਫਸਲ ਨੱਪੀ ਜਾਂਦੀ ਹੈ, ਪੱਥਰ ਖਿੱਲਰ ਜਾਂਦਾ ਅੱਧੇ ਅੱਧੇ ਕਿੱਲੇ ਤੀਕਰ, ਨਾ ਇੱਥੇ ਵਾਹਿਆ ਜਾਣਾ, ਕੋਈ ਨੁਕਸਾਨ ਇੱਥੇ ਹੱਦੋਂ ਜ਼ਿਆਦਾ ਹੋਈ ਜਾਂਦੇ ਆ, ਕੋਈ ਸੁਣਵਾਈ ਨਹੀਂ, ਨਾ ਕੋਈ ਸਰਕਾਰੀ ਅਫਸਰ ਦੀ ਡਿਊਟੀ ਹੁੰਦੀ ਹੈ ਵੀ ਆ ਕੇ ਕਿਸਾਨਾਂ ਨੂੰ ਪੁੱਛੇ। ਇੱਥੇ ਐਸ ਡੀ ਐਮ ਵਗੈਰਾ ਆਇਆ ਕੋਈ? ਕੋਈ ਨਹੀਂ ਆਇਆ, ਨਾ ਐਸ ਡੀ ਐਮ, ਨਾ ਕੋਈ। ਇੱਥੇ ਵੋਟਾਂ ਵੇਲੇ ਬਥੇਰੇ ਆ ਜਾਂਦੇ ਆ, ਨਾ ਕੋਈ ਬਲਜੀਤ ਕੌਰ ਦਾ ਵੀ ਹੱਕ ਬਣਦਾ ਵੀ ਤੇਰਾ ਏਰੀਆ ਤੂੰ ਆ ਕੇ ਇੱਥੇ ਆਮ ਲੋਕਾਂ ਨੂੰ ਪੁੱਛੇ ਜਾਂ ਖੁੱਡੀਆਂ ਸਾਹਿਬ ਹੈ। ਤੁਸੀਂ ਹੁਣ ਜਿਹੜੇ ਇਕੱਠੇ ਹੋਏ ਹੋ, ਤੁਸੀਂ ਹੁਣ ਕੀ ਕੰਮ ਬੰਦ ਕੀਤਾ, ਤੁਹਾਡੀ ਅਗਲੀ ਕੀ ਮਤਲਬ ਕਾਰਵਾਈ? ਅਸੀਂ ਦੇਖੋ ਦੇਖਦੇ ਇਹਨਾਂ ਦੇ ਮੂੰਹ ਕੰਨੀ, ਪਰ ਅਸੀਂ ਸਿੱਧੂਪੁਰ ਜਥੇਬੰਦੀ ਦਾ ਇਹ ਅਸੂਲ ਹੈ ਵੀ ਉਹ ਥੋੜ੍ਹਾ ਘਣਾ ਚਿਰ ਹੀ ਪ੍ਰਸ਼ਾਸਨ ਦੇ ਮੂੰਹ ਕੰਨੀ ਦੇਖਦੀ ਹੁੰਦੀ ਹੈ, ਤਾਂ ਨਹੀਂ ਅਸੀਂ ਹੋ ਸਕਦਾ ਵੱਡਾ ਸੜਕ ਵੀ ਰੋਕਾਂਗੇ, ਅਤੇ ਜਿੰਨਾ ਚਿਰ ਜਿਹੜੇ ਕਿਸਾਨ ਆ ਇਹਨਾਂ ਨੂੰ ਤਸੱਲੀ ਨਹੀਂ ਹੁੰਦੀ ਉਨਾ ਚਿਰ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ, ਮਲੋਟ ਤੋਂ ਲੈ ਕੇ ਡੱਬ ਵਾਲੀ ਰੋਡ ਜੇ ਠੇਕੇ 'ਤੇ ਜਿੰਨਾ ਕੋਲ। ਗੁਰਚਰਨ ਸਿੰਘ ਭਗਵਾਨਪੁਰਾ, ਸਾਡਾ ਵੀ ਅਜਿਹਾ ਰੋਡ ਬਣਿਆ, ਸਾਰਾ ਪਾਣੀ ਜਾਣੀ ਡਿਮਾਂਡ 'ਚ ਜਾ ਕੇ ਸਾਡਾ ਆ ਢਾਣੀ ਆ,
ਵੀ 25 ਜਾਣੇ ਅਸੀਂ ਆਮ ਰਹਿੰਦੇ ਹਾਂ ਇਹਦੇ ਵਿੱਚ, ਸਾਰਾ ਪਾਣੀ ਚਾਰ ਸਪੇਰੇ ਫਿਰ ਜਾਂਦਾ, ਅਸੀਂ ਡੁੱਬਣ ਨਾਲ ਪੈੜੇ ਹੋ ਜਾਂਦੇ ਹਾਂ, ਆਹ ਰੋਡ ਦਾ ਪਾਣੀ ਸਾਰਾ ਵੜਦਾ, ਆਹ ਕੰਧਾਂ ਟੁੱਟੀਆਂ ਪਈਆਂ, ਵੇਖੀਆਂ ਤੁਸੀਂ ਕੀ ਹਾਲ ਹੋਇਆ ਪਿਆ, ਸਾਰੀਆਂ ਕੰਧਾਂ ਬਹਿ ਗਈਆਂ, ਨਿਕੰਮਾ ਮਿਲੀਆ ਟਲਾਇਆ ਇਹਨਾਂ ਨੇ ਸਾਰਾ ਹੀ, ਸਾਡੇ ਵਿੱਚ ਸਰਕਾਰ ਨੇ ਪੈਸਾ ਵੀ ਨਹੀਂ ਪੂਰਾ ਦਿੱਤਾ, ਸੈਂਟਰ ਸਰਕਾਰ ਨੇ ਪੈਸਾ ਨਹੀਂ ਪੂਰਾ ਦਿੱਤਾ, ਅਤੇ ਸਾਡੇ ਤੋਂ ਕਮੀਆਂ ਨਹੀਂ ਪੂਰੀਆਂ ਆਉਂਦੀਆਂ, ਰਸਤੇ ਤੋਂ ਕਸਤੇ ਬੁਰਾ ਹਾਲ ਹੋ ਗਿਆ, ਅਤੇ ਸਾਡਾ ਇਹਦਾ ਸਿਲਾਈ ਕੀਤੀ ਜਾਵੇ। ਜਿਵੇਂ ਹੁਣ ਇੰਨੀਆਂ ਨਾਲ ਨਾਲ ਕੰਧਾਂ ਕੱਢੀਆਂ, ਤੁਹਾਨੂੰ ਤਾਂ ਖੇਤਾਂ ਦੇ ਥੱਲੇ ਜਾਣਾ ਹੀ ਬੜਾ ਔਖਾ ਹੋਊਗਾ, ਕਿਵੇਂ ਖੇਤਾਂ ਫਿਰ ਕਿਵੇਂ ਕਰੀਏ, ਹਜੇ ਤਾਂ ਨਹੀਂ ਵੇਖੋ ਨੁਕਸਾਨ ਕਿੰਨਾ ਹੋ ਗਿਆ, ਉਹ ਮਿੱਟ ਸਾਰਾ ਵਿੱਚ ਜਾਂਦਾ, ਪੱਥਰ ਸਾਰਾ ਵਿੱਚ ਜਾਂਦਾ, ਉਹਨੇ ਕੋਈ ਆਹ ਸੇਮ ਨਾਲਾ ਕੱਢ ਕੇ ਪਾਣੀ ਪਾਸੇ ਹੀ ਟਪਾਉਣਾ, ਤਾਂ ਭਾਵੇਂ ਕੰਧਾਂ ਕੱਢਦੇ ਹਾਂ ਸਾਨੂੰ ਫਿਰ ਕੋਈ ਹਰਜ ਨਹੀਂ, ਕੰਧਾਂ ਕੱਢਣੀਆਂ ਕਿੰਨੀਆਂ ਦੇਖ ਲੈਂਦੇ ਨੇ ਉਹਦੀ, ਇਹ ਸਾਡੇ ਵਾਸਤੇ ਬਹੁਤ ਮੁਸ਼ਕਲ ਹੋਈ ਪਈ ਹੈ। ਮੈਂ ਤਾਂ ਸੈਂਟਰ ਤੱਕ ਵੀ ਆਉਣਾ ਵੀ ਆ ਕੇ ਆਪਦੇ ਕੋਈ ਕਿਸੇ ਲੀਡਰ ਆਦਮੀ ਨੂੰ ਲਿਆ ਕੇ ਵਿਖਾਉਣ ਕੀ ਹਾਲ ਹੋਈ ਜਾਂਦਾ ਇੱਥੇ, ਸਾਡੀ ਕੋਈ ਸੁਣਾਈ ਨਹੀਂ ਕਰਦੇ, ਅੱਗੇ ਪੈਸੇ ਥੋੜ੍ਹੇ ਦਿੱਤੇ ਨਾ, ਰਕਬਾ ਜ਼ਿਆਦਾ ਲੈ ਲਿਆ, ਕੀਮਤ ਘੱਟ ਦਿੱਤੀ ਆ, ਅਤੇ ਆਹ ਸਾਨੂੰ ਰਸਤੇ ਕਸਤਾ ਕਰਤਾ, ਰਸਤੇ ਰਾਹ ਹੋਰ ਪਾਤੇ, ਇਹ ਰਾਹ ਸਹੀ ਨਹੀਂ ਪਾਈ, ਜਿਵੇਂ ਅੱਗੇ ਸਿੱਧੇ ਖੇਤ ਵੜਦੇ ਸਿੱਧੇ ਨਿਕਲਦੇ ਸਾਂ, ਹਾਂਜੀ ਇਸ ਕਾਰਨ ਕਰਕੇ ਮੈਂ ਤਾਂ ਸਰਕਾਰ ਨੂੰ ਵੀ ਆਉਣਾ ਵੀ ਕੋਈ ਵੀ ਇਹਨਾਂ ਲੀਡਰ ਆ ਕੇ ਮੌਕਾ ਦੇ ਕੀ ਹਾਲ ਹੋਇਆ। ਪਿੰਡ ਮਲੋੜ ਦਾ ਰਹਿਣ ਵਾਲਾ ਜੀ, ਮੇਰੀ ਇੱਥੇ ਜ਼ਮੀਨ ਪੈਂਦੀ ਹੈ ਜੀ, ਜੇ ਜਦੋਂ ਬਾਈਪਾਸ ਬਣ ਰਿਹਾ ਜੀ, ਇਹ ਜ਼ਮੀਨ ਜਿਹੜੇ ਵਿੱਚ ਬਾਈਪਾਸ ਬਣ, ਨਾ ਤਾਂ ਸਾਨੂੰ ਉਹਦੀ ਕੋਈ ਮਿਹਨਤੀ ਦੇ ਰਹੇ ਜੀ, ਜੋ ਜਿਹੜੀਆਂ ਸਾਈਡ 'ਤੇ ਕੰਧਾਂ ਕੱਢ ਰਹੇ ਆ ਸਾਨੂੰ ਉਹਦੀ ਮਿਹਨਤੀ ਨਹੀਂ ਦੇ ਰਹੇ, ਉਹ ਆਪਦੀ ਮਰਜ਼ੀ ਨਾਲ ਕੱਢ ਰਹੇ ਜੀ, ਉਹ ਚਾਰ ਚਾਰ ਪੰਜ ਪੰਜ ਫੁੱਟ ਸਾਡੇ ਖੇਤ ਦੇ ਵਿੱਚ ਕੱਢ ਰਹੇ ਆ ਜੀ, ਉਹ ਡਿੱਗ ਪੈਂਦੀਆਂ ਗਾ, ਮਟੀਰੀਅਲ ਸਾਡੇ ਵਾਹਣ ਦੇ ਵਿੱਚ ਜਾਂਦਾ ਜੀ, ਸਾਡੀ ਫਸਲ ਖਰਾਬ ਹੋ ਰਹੀ ਹੈ, ਨਾ ਸਾਡੀ ਮਹਿਕਮਾ ਸੁਣਦਾ ਜੀ, ਕੋਈ ਇੱਥੇ ਆਉਂਦਾ ਨਹੀਂ, ਕੋਈ ਵਾਸਤਾ ਨਹੀਂ, ਦੋ ਘੰਟੇ ਕਹਿ ਕੇ ਮੁੜ ਕੇ ਆਸੇ ਪਾਸੇ ਫਿਰ ਨਾਲ ਦਿਨ ਕੰਮ ਚਲਾ ਲੈਂਦੇ ਆ ਜੀ, ਖੇਤ ਦੇ ਵਿੱਚ ਸਾਡੀ ਜੋ ਜ਼ਮੀਨ ਹੈ ਜੀ ਉਹਦੇ ਵਿੱਚ ਕੰਧਾਂ ਕੱਢ ਰਹੇ ਆ, ਜਿਹੜਾ ਇਹਨਾਂ ਨੇ ਥਾਂ ਲਿਆ ਜੀ ਉਹਨੂੰ ਛੱਡ ਕੇ ਵੀ ਚਾਰ ਚਾਰ ਪੰਜ ਫੁੱਟ ਫੁੱਟ ਤਾਂ ਵੱਧ ਲੈ ਰਿਹਾ ਇਹ। ਹੁਣ ਜਿਵੇਂ ਕੱਲ੍ਹ ਦਾ ਕੰਮ ਬੰਦ ਕੀਤਾ, ਕਿਸੇ ਨੇ ਆ ਕੇ ਪੁੱਛਿਆ? ਕਿਸੇ ਨੇ ਆ ਕੇ ਕੋਈ ਨਹੀਂ ਪੁੱਛਿਆ ਜੀ, ਜੋ ਇਹਨਾਂ ਦੇ ਆ ਰੱਖੇ ਹੋਏ ਆ ਮੈਨੇਜਰ, ਉਹ ਕਹਿੰਦਾ ਆ ਰਿਹਾ ਲਾਰੇ ਲਾ ਰਹੇ ਆ ਜੀ, ਲਾਰੇ ਲਾ ਕੇ ਵਿੱਚੋਂ ਆ ਹੁਣ ਦੋ ਘੰਟੇ, ਉਹ ਇੱਕ ਇਹਨਾਂ ਦਾ ਕੁਲਦੀਪ ਸਿੰਘ ਸੀਗਾ ਜੀ, ਉਹ ਆ ਕੇ ਮਾੜਾ ਚੰਗਾ ਹੀ ਬੋਲਿਆ ਸਾਡੇ ਜ਼ਿਮੀਦਾਰ ਨੂੰ ਵੀ ਤੁਸੀਂ ਫਲਾਨਾ ਚੌਂਕਾ ਕੰਮ ਰੋਕ ਬਹਿੰਦੇ ਹੋ ਇੱਥੇ, ਯੋ ਵਾ ਤੁਹਾਨੂੰ ਹੋਰ ਤਾਂ ਕੋਈ ਕੰਮ ਨਹੀਂ, ਤੁਸੀਂ ਵਿਹਲੇ ਹੈਗੇ ਹੋ, ਤੁਸੀਂ ਸਾਨੂੰ ਸੰਬੰਧੀ ਵਿਹਲੇ ਦੱਸਦੇ ਆ ਇਹ, ਨਾਲੇ ਸਾਡੀ ਜਗ੍ਹਾ ਰੋਕਦੇ ਆ ਧੱਕੇ ਨਾਲ, ਨਾਲੇ ਸਮੇਂ ਸਾਨੂੰ ਵਿਹਲੇ ਦੱਸਦੇ ਨਾਲ ਦੇ ਨਾਲੇ। ਕਿੰਨਾ ਕੁ ਰਕਬਾ ਪੈਂਦਾ ਨਾਲ ਜਿਹੜੇ ਬਾਈਪਾਸ ਦੇ ਨਾਲ ਭਗਵਾਨਪੁਰ ਪਿੰਡ ਦਾ, ਹੋਰ ਜਿਹੜਾ ਮਤਲਬ ਨੁਕਸਾਨ ਹੋ ਰਿਹਾ? ਸਾਰੇ ਦਾ ਨੁਕਸਾਨ ਹੋ ਰਿਹਾ, ਜਿੱਥੇ ਜ਼ਿਆਦਾ ਉਚਾਈ 'ਚ ਬਣਿਆ ਨਹੀਂ, ਸਾਰੀ ਮਿੱਟੀ ਰੁੜ ਕੇ ਜਾ ਰਹੀ ਹੈ ਖੇਤ ਦੇ ਵਿੱਚ ਜੀ, ਜਿਹੜੀ ਫਸਲ ਲੱਗੀ ਹੋਈ ਆ ਸਾਰੀ ਉਹ ਨੱਪੀ ਜਾ ਰਹੀ ਹੈ, ਡਲੇ ਵੀ ਜਾ ਰਿਹਾ, ਜੋ ਬੱਜਰੀ ਹੈ ਕੰਕਰੀਟ ਸਾਰਾ ਵਿੱਚ ਜਾ ਰਿਹਾ ਇਹ, ਅਤੇ ਕੋਈ ਨਹੀਂ ਇੱਥੇ ਆ ਰਿਹਾ, ਕੋਈ ਸੁਣਵਾਈ ਨਹੀਂ ਕਰ ਰਿਹਾ ਜੀ, ਬਹੁਤ ਹੀ ਬੁਰਾ ਹਾਲ ਹੈ ਜੀ, ਅਤੇ ਜਗ੍ਹਾ ਜ਼ਿਆਦਾ ਲੈ ਰਹੇ ਆ ਜੀ ਇਹ। ਸਰ ਕਾਮ ਯੇ ਗਾਂਵ ਵਾਲੋ, ਅਭੀ ਮੈਂ ਚੈੱਕ ਕਰਨੇ ਕੇ ਲੀਏ ਆਇਆ ਹੂੰ ਯਹਾਂ ਪੇ, ਤੋ ਇਹਨਾਂਨੇ ਰੁਕਵਾ ਰੱਖਾ ਹੈ, ਭਾਈਓ ਕੋ ਸਾਡੇ ਦਿੱਕਤ ਹੋ ਰਹੀ ਹੈ, ਤੋ ਅਭੀ ਯਹਾਂ ਆਏਂਗੇ ਜੋ ਕੰਟਰੈਕਟਰ ਹੈ ਜੋ ਯਹਾਂ ਕਾਮ ਕਰਵਾ ਰਹੇ ਹੈ, ਵੋ ਭਾਈਓ ਕਾ ਜੋ ਵੀ ਕਾਮ ਹੈ ਜੋ ਦਿੱਕਤ ਜੋ ਇਹਨੇ ਆ ਰਹੀ ਹੈ, ਉਨਕਾ ਸੋਲੂਸ਼ਨ ਇਹਨੇ ਕਰਨਾ ਚਾਹੀਏ। ਜੈਸੇ ਵੋ ਉਨਕੀ ਜਗ੍ਹਾ ਮੈਂ ਜੋ ਦੀਵਾਰ ਨਿਕਾਲੀ ਜਾ ਰਹੀ ਹੈ, ਕੋਈ ਹੋ ਰਹੀ ਹੈ ਪਹਿਲੇ ਸੇ ਨਹੀਂ, ਕੋਈ ਮਤਲਬ ਨਕਸ਼ਾ ਬਣਾ ਹੁਆ ਇਸਕਾ? ਸਰ ਇਸਕਾ ਨਕਸ਼ਾ ਵੀ ਹੈ, ਯੇ ਪਾਸ ਵੀ ਹੁਆ ਪੜਾ ਹੈ, ਵੋ ਵੀ ਪਾਸ ਅਗਰ ਯਹਾਂ ਕੇ ਅਗਰ ਇਹਨੇ ਦਿਖਾਏਂਗੇ ਕਿ ਇਤਨਾ ਪਾਸ ਹੁਆ ਹੈ ਔਰ ਇਤਨਾ ਕਾਮ ਹਮ ਕਰ ਸਕਤੇ ਹੈ ਜੀ, ਤੋ ਕੋਈ ਦਿੱਕਤ ਨਹੀਂ ਆਏਗੀ, ਅਬ ਐਕਸਟਰਾ ਕਾਮ ਕਰੇਂਗੇ ਤੋ ਕੋਈ ਜ਼ਿਮੀਦਾਰ ਨਹੀਂ ਕਰਨੇ ਦੇਗਾ ਸਰ, ਯੇ ਨਾਰਮਲ ਸੀ ਬਾਤ ਹੈ। ਅਬ ਕਿਆ ਆਪ ਕਰੋਗੇ ਇਸਕੇ ਬਾਅਦ ਮੇਂ? ਆਪ ਸਰ ਮੈਂ ਨਹੀਂ ਕਰ ਸਕਤਾ ਕੁਛ ਵੀ, ਮੇਰੇ ਸੀਨੀਅਰ ਜੋ ਕਰਨੇ ਵਾਲੇ, ਮੈਂ ਤੋ ਬਸ ਯਹਾਂ ਚੈੱਕ ਕਰਨੇ ਕੇ ਲਈ ਆਇਆ ਹੂੰ ਕਿ ਕਾਮ ਕਿਆ ਚੱਲ ਰਿਹਾ ਹੈ ਅਗੇ ਤੱਕ। ਆਪ ਨਾ ਕੋਈ ਤੋ ਰਿਪੋਰਟ ਦੇਗੋ ਬਣਾ ਕੇ, ਕਿਆ ਰਿਪੋਰਟ ਦੇ? ਸਰ ਮੈਂ ਯਹਾਂ ਸੇ ਫੋਟੋ ਡਾਲ ਦੇਤਾ ਹੂੰ, ਸਭ ਵੀ ਜੋ ਮੇਰੇ ਭਾਈ ਬੰਧੂ ਜਿਤਨੇ ਵੀ ਖੜੇ ਹੈ ਯਹਾਂ ਸੇ, ਬਸ ਮੈਂ ਖਾਲੀ ਫੋਟੋ ਡਾਲ ਕੇ ਆਪਣੇ ਸੀਨੀਅਰ ਕੋ ਬੋਲ ਸਕਤਾ ਹੂੰ ਸਰ ਐਸੇ ਐਸੇ ਬਾਤ ਹੈ, ਵਹਾਂ ਯੇ ਦਿੱਕਤ ਹੋ ਰਹੀ ਹੈ ਜੀ, ਉਹਨਾਂ ਨੇ ਕਾਮ ਬੰਦ ਕਰ ਜੀ। ਅਭੀ ਇਹ ਕੰਟਰੈਕਟਰ ਆਪਣੇ ਆਪ ਦੇਖੇਗਾ ਕਿ ਕਾਮ ਉਸੇ ਕੈਸੇ ਚਾਲੂ ਕਰਵਾਉਣਾ ਹੈ, ਵੋ ਉਸਕੀ ਹੈਡਿੰਗ ਹੈ ਸਰ, ਹਮਾਰੀ ਇਸਮੇਂ ਕੁਛ ਨਹੀਂ ਹੈ। ਥੈਂਕ ਯੂ।